ਲੇਕਿਨ ਪਿਆਰੇ ਦੋਸਤੋ ਉਮੀਦ ਕਰੇ ਨਾ ਕਿ ਤੁਸੀਂ ਠੀਕ ਹੋ ਅਸਾਂ ਅੱਲਾ ਦੇ ਫਜ਼ਲ ਉਹ ਕਰਮ ਨਾਲ ਠੀਕ ਜਿਵੇਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਮੈਂ ਦਿਖਾਇਆ ਕਿ ਡੇਲੀਆਂ ਮੈਂ ਬਣਾਉਣਾ ਬੈਠਾ ਮੈਂ ਇਹ ਹੁਣ ਅਸਾਂ ਰਤੀਆਂ ਜਿਹੜੀਆਂ ਹਨ ਕਲੇਜੀ ਇਹ ਅਸਾਂ ਡਾਟਾ ਫੇਰ ਛੋਣੀ ਚਾਰ ਸਾਰੇ ਕੋਲ ਰਾਨ ਨੇ ਇਹ ਛੋਟੇ ਟੁਕੜੇ ਜਿਹੜੇ ਮੈਂ ਉੱਥੋਂ ਆਖਿਆ ਨਹੀਂ ਉੱਤੇ ਛੋਟੇ ਅਸਾਂ ਲੈਣ ਲੰਬੀਆਂ ਡੇਲੀਆਂ ਜਿਹੜੀਆਂ ਥੱਲੇ ਇਹ ਹੁਣ ਸਾਡੇ ਕੋਲ ਚਾਰ ਵੱਜੀਆਂ ਖੜੋਤੀਆਂ ਇਹ ਹੁਣ ਅਸੀਂ ਇਨਸ਼ਾਅੱਲਾ ਸ਼ੁਰੂ ਪਏ ਕਰੇ ਨੇ ਇਹ ਵੱਜ ਰਹੀਆਂ ਉਹ ਮੈਂ ਕੱਟੇ ਨਾ ਬੈਠਾ ਉਹ ਇਸ ਸਾਈਡ 'ਤੇ ਇਹ ਪਾਣੀ ਅੰਦਰੋਂ ਐਵੇਂ ਭਰਾ ਇੱਥੇ ਜਿਹੜੇ ਐਂਚੀ ਦਾ ਪੀਸ ਬਚਦਾ ਹੁੰਦਾ ਗੱਟੀ ਦਾ ਉਹ ਇਸ ਗੁਲਾਈ ਦੇ ਵਿੱਚ ਵਰਤਾ ਸਕਦਾ ਜੇ ਇਨਸ਼ਾਅੱਲਾ ਦੇ ਹੁਕਮ ਨਾਲ ਬਸ ਸਾਡੇ ਕੋਲ ਚਾਰ ਬੱਚੀਆਂ ਖੜੋਤੀਆਂ ਉਹ ਵਰਤਾ ਸਾਂ ਅੱਲਾਹ ਦੇ ਹੁਕਮ ਨਾਲ ਸ਼ੁਰੂ ਕਰੇ ਨੇ ਆ ਕੇ ਉਹਨਾਂ ਦੇ ਬੂਸ਼ ਬੂਸ਼ ਲੈ ਸੂੰ ਕੁਝ ਚਿੱਟੀਆਂ ਵੀ ਜਿਹੜੀਆਂ ਥੋੜ੍ਹੀਆਂ ਕੱਟਣੀਆਂ ਬੂਸ ਪਹਿਲੇ ਚਾਰ ਹੀ ਬਣਾਏ ਸੂੰ ਤਿੰਨ ਵਿੱਚ ਅੰਦਰੋਂ ਭਰਾਈ ਕਰੇ ਸੂੰ ਭਰਾਈ ਸ਼ਰਾਈ ਕਰਕੇ ਰਾਤ ਵਿੱਚ ਨੀਲੀਆਂ ਵੀ ਦੇ ਵਿੱਚ ਉਵੇਂ ਦੇ ਪਿਛਲੇ ਜਿਵੇਂ ਉਹ ਡਾੜ ਲੱਗੀ ਖੜੋਤੀ ਨੀਲੀਆਂ ਵੀ ਲੈਂਦੇ ਆ ਸੂੰ ਅਤੇ ਬਾਹਰੋਂ ਬਾਹਰ ਇਨਸ਼ਾਅੱਲਾ ਚਿੱਟੀਆਂ ਵੀ ਲੈਂਦੇ ਆ ਸੂੰ ਇਨਸ਼ਾਅੱਲਾ ਜਿਹੜੇ ਮੇਰੇ ਪਹਿਲੇ ਸਬਸਕ੍ਰਾਈਬਰ ਉਹਨਾਂ ਦੀ ਬਹੁਤ ਮਿਹਰਬਾਨੀ ਜਿਹੜੇ ਨਵੇਂ ਵੀਡੀਓ ਦੇ ਉੱਤੇ ਮੈਨੂੰ ਗੁਜ਼ਾਰਿਸ਼ ਕਰੇ ਸਾਂ ਕਿ ਮੇਰੇ ਚੈਨਲ ਸਬਸਕ੍ਰਾਈਬ 'ਚ ਕਰਾਏ ਨਾਲ ਹੀ ਬੈਲ ਦਾ ਆਇਕਨ ਦਬਾ ਦਿਵਾਏ ਕਿਉਂਕਿ ਹਰ ਆਉਣ ਦੀ ਵੀਡੀਓ ਸਭ ਤੋਂ ਪਹਿਲੇ ਤੁਹਾਨੂੰ ਮਿਲ ਸੀ ਤੁਹਾਡੀ ਮਾਲੂਮਾਤ 'ਚ ਇਜ਼ਾਫਤ ਹੀ ਸਾਰੀ ਚੰਗੀ ਰਹਿ ਸੀ ਅਤੇ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਆਪਣਾ ਮੂਸਰਾ ਖਿਆਲ ਰੱਖੇ ਸੋ ਮਿਸਤਰੀ ਇਮਰਾਨ ਕੋ ਦੁਆਵਾਂ ਦੇ ਵੀ ਜ਼ਰੂਰ ਯਾਦ ਕਰੇ ਸੋ ਅੱਜ ਤੱਕ ਲਈ ਅੱਲਾਹ ਹਾਫਿਜ਼।